ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਨਿਹੰਗ ਹਰੀ ਸਿੰਘ ਜੀ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਿਹਾ। ਬਾਬਾ ਜੀ ਘੋੜੀਆਂ ਦੇ ਤਾਂ ਸ਼ੌਂਕੀ ਹੈਗੀ ਹੈਗੇ, ਨਾਲ ਬਾਜਾਂ ਦੇ ਵੀ ਸ਼ੌਂਕੀ ਨੇ। ਆ ਤੁਸੀਂ ਦੇਖ ਸਕਦੇ ਹੋ ਬਾਬਾ ਜੀ ਨਾਲ ਗੱਲਬਾਤ ਕਰਦੇ ਹਾਂ ਵੀ ਕਿਵੇਂ ਇਹਨਾਂ ਨੂੰ ਸ਼ੌਂਕ ਪਿਆ ਅਤੇ ਕਿੱਥੋਂ ਇਹਨਾਂ ਨੇ ਸਟਾਰਟਿੰਗ ਕਰੀ। ਸਤਿ ਸ਼੍ਰੀ ਅਕਾਲ ਬਾਬਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ। ਫਤਿਹ ਜੀ। ਬਾਬਾ ਜੀ ਆਪਾਂ ਨੂੰ ਕਿੱਥੋਂ ਸ਼ੌਂਕ ਪਿਆ ਜੀ ਇਹਨਾਂ ਦਾ ਬਾਜਾਂ ਦਾ ਜੀ? ਇਹ ਵੀਰੇ ਜਿਹੜੇ ਬਾਜ ਨੇ ਹਨਾ, ਹਾਂਜੀ ਜੋ ਮਹਾਰਾਜ ਨੇ ਇੱਕ ਸਿੰਘ ਨੂੰ ਬਾਣਾ ਬਖਸ਼ਿਆ, ਗੁਰੂ ਸਾਹਿਬ ਉਹ ਸਿੰਘ ਤਿਆਰ ਕੀਤਾ, ਹਾਂਜੀ ਉਹਦੇ ਤੇ ਬਾਜ ਦੇ ਜੋ ਆਪਦੇ ਲੱਛਣ ਨੇ ਉਹ ਬਹੁਤ ਹੀ ਮੇਲ ਖਾਂਦੇ ਨੇ। ਹਾਂਜੀ ਸੋ ਹਾਂਜੀ ਜਿਸ ਤਰ੍ਹਾਂ ਮਹਾਰਾਜ ਨੇ ਸਿੰਘਾਂ ਨੂੰ ਘੋੜੇ ਬਖਸ਼ੇ ਨੇ, ਉਸੇ ਤਰ੍ਹਾਂ ਬਾਜ ਬਖਸ਼ਿਆ। ਸਿੰਘ ਦੀ ਇੱਕ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਬਾਜ, ਠੀਕ ਸਿੱਖ ਹੈ ਜੀ। ਕੌਮ ਵਾਸਤੇ ਹਾਂਜੀ ਗੁਰੂ ਹਾਂਜੀ ਸਾਹਿਬ ਦੀ ਨਿਸ਼ਾਨੀ ਵਜੋਂ ਵੀ ਮੰਨ ਸਕਦੇ ਹਾਂ ਇਹਨੂੰ। ਇੱਕ ਆਪਾਂ ਨੂੰ ਜਾਨਵਰਾਂ ਦਾ ਸ਼ੌਂਕ ਆ ਪਰਿੰਦੇ ਦਾ, ਜਿਸਦੇ ਹਾਂਜੀ ਤੌਰ ਤੇ ਆਪਾਂ ਇਹਨੂੰ ਪਾਲਿਆ ਹੋਇਆ। ਠੀਕ ਹੈ ਠੀਕ ਹੈ ਬਾਬਾ ਜੀ। ਬਾਬਾ ਜੀ ਇਹ ਕਿਹੜੀ ਨਸਲ ਹੈ ਜੀ? ਇਹ ਬਾਈ ਜੀ ਇਹ ਨਸਲ ਦਾ ਨਾਮ ਹੈ ਬੁਨੈਲੀ ਈਗਲ। ਅੱਛਾ ਜੀ, ਇਹਨੂੰ ਇੰਗਲਿਸ਼ ਦੇ ਵਿੱਚ ਈਗਲ ਕਿਹਾ ਜਾਂਦਾ, ਪੰਜਾਬੀ ਠੀਕ ਦੇ ਵਿੱਚ ਇਹਨੂੰ ਉਕਾਬ ਕਹਿ ਦਿੰਦੇ ਨੇ। ਠੀਕ ਹੈ ਜੀ। ਤੇ ਬਾਬਾ ਜੀ ਜਿਵੇਂ ਹੁਣ ਇਹ ਦੋ ਨੇ, ਇਹ ਤੁਸੀਂ ਹੋਰ ਵੀ ਵੱਧ ਰੱਖੋਗੇ ਜਾਂ ਦੋ ਤੱਕ ਹੀ ਇਹ ਰੱਖਣੇ ਨੇ? ਇਹ ਵੀਰੇ ਜੋ ਸ਼ੌਂਕ ਆ ਪਰਿੰਦਿਆਂ ਦਾ ਹਨਾ, ਹਰ ਇੱਕ ਦਾ ਨਸਲ ਬਾਈ ਨਸਲ ਹੁੰਦਾ, ਹਾਂਜੀ ਜਿਉਂ ਜਿਉਂ ਪਰਿੰਦਾ ਕੋਈ ਮਿਲਦਾ ਸੋ ਉਹਦਾ ਸ਼ੌਂਕ ਉਨਾ ਹੀ ਹੁੰਦਾ ਕਿ ਇਹ ਪ੍ਰਜਾਤੀ ਵੀ ਦੇਖੀ ਜਾਵੇ, ਇਹ ਵੀ ਦੇਖੀ ਜਾਵੇ ਹਨਾ। ਬਾਕੀ ਇਹ ਦੋ ਪਰਿੰਦਿਆਂ ਦਾ ਜੋੜਾ ਸਾਡੇ ਕੋਲੇ, ਉਮੀਦ ਆ ਕਿ ਸਾਡੇ ਕੋਲੇ ਬਰੀਡ ਕਰਨ ਤੇ ਆਪਾਂ ਇਹਨਾਂ ਦੀ ਨਸਲ ਵਧਾਈ ਜਾਵੇ, ਜੋ ਕਿ ਇਹ ਅਲੋਪ ਹੋਣ ਦੀ ਪ੍ਰਜਾਤੀ ਹੈ ਇੱਕ, ਹਾਂਜੀ ਹਾਂਜੀ ਜਿਹਨੂੰ ਹਾਂਜੀ ਇੱਕ ਵਧਾਉਣ ਦੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਜੀ। ਜੀ ਤੇ ਬਾਬਾ ਜੀ ਇਹਦਾ ਤੁਸੀਂ ਕੋਈ ਸੇਲ ਪਰਚੇਜ ਦਾ ਜਾਂ ਸ਼ੌਂਕ ਵਜੋਂ ਹੀ ਹੈ? ਨਹੀਂ ਵੀਰੇ, ਇਹਦੀ ਆਪਾਂ ਜੋ ਪਰਿੰਦਾ ਆਪਾਂ ਕੋਈ ਵੀ ਸੇਲ ਨਹੀਂ ਕਰਦੇ ਹੈਗੇ, ਅੱਛਾ ਜੀ। ਤੇ ਜੇਕਰ ਕਿਸੇ ਦੇ ਕੋਲੇ ਹੁੰਦਾ ਤਾਂ ਆਪਾਂ ਉਹਨੂੰ ਹੋ ਸਕਦਾ ਵੀ ਸੇਵਾ ਦੇ ਕੇ ਉਹ ਤੋਂ ਪਰਿੰਦਾ ਲੈ ਲਈਏ, ਤੇ ਉਹਨੂੰ ਆਪਾਂ ਛੱਡ ਦਿੰਨੇ ਆ ਉਸ ਤੋਂ ਬਾਅਦ ਰਿਲੀਜ਼ ਕਰ ਦਿੰਨੇ ਆ ਜੰਗਲ ਦੇ ਵਿੱਚ ਜਾ ਕੇ। ਪਰ ਆਪਾਂ ਪਰਿੰਦੇ ਨੂੰ ਐ ਬੰਨ ਕੇ ਜਾਂ ਹਮੇਸ਼ਾ ਗੁਲਾਮ ਬਣਾ ਕੇ ਨਹੀਂ ਰੱਖਦੇ, ਐਦਾਂ ਹਾਂਜੀ ਆਪਦੀ ਹਾਂਜੀ ਆਜ਼ਾਦੀ ਦਾ ਨਿੱਘ ਮਾਣਦੇ ਆ। ਅਡਲਟ ਹੋਣ ਤੇ ਪਰਿੰਦੇ ਸਾਰੇ ਉਡਾ ਦਿੱਤੇ ਜਾਂਦੇ ਨੇ ਹਨਾ, ਤਾਂ ਕਿ ਕੁਦਰਤ ਦੇ ਵਿੱਚ ਆਪਦੀ ਬਰੀਡ ਕਰਨ ਤੇ ਆਪਦੇ ਬੱਚੇ ਪੈਦਾ ਕਰਨ। ਠੀਕ ਹੈ ਠੀਕ ਹੈ ਹਾਂਜੀ। ਬਾਬਾ ਜੀ ਇਹ ਕੀ ਖਾਂਦੇ ਪੀਂਦੇ ਕੀ ਨੇ ਜੀ? ਖੁਰਾਕ ਇਹਨਾਂ ਦੀ ਮਾਸ ਹੈ ਜੀ। ਠੀਕ ਹੈ ਜੀ। ਹਾਂਜੀ, ਤੇ ਇਹ ਫਿਰ ਤੁਸੀਂ ਮਾਸ ਲਿਆਉਣਾ ਕਿ ਇਹ ਆਪ ਸ਼ਿਕਾਰ ਕਰਦੇ ਨੇ ਇਹ ਕਿ? ਦੋਏ ਤਰ੍ਹਾਂ ਦਾ ਖਾਣਾ ਦੇਣਾ ਪੈਂਦਾ ਜੀ ਇਹਨਾਂ ਨੂੰ, ਇਹ ਆਪਦਾ ਸ਼ਿਕਾਰ ਆਪ ਵੀ ਮਾਰਦੇ ਨੇ, ਇਹਨਾਂ ਨੂੰ ਦੇਣਾ ਵੀ ਪੈਂਦਾ ਜੀ। ਅੱਛਾ ਜੀ, ਆਪ ਫਿਰ ਹੁਣ ਤਾਂ ਇਹ ਬਾਬਾ ਜੀ ਬੰਨੇ ਵੀ ਮਤਲਬ ਇਸ ਵਕਤ ਇਹ ਟ੍ਰੇਨਿੰਗ ਚੱਲ ਰਹੀ ਹੈ, ਇਹਨਾਂ ਨੂੰ ਜਿਉਂਦੇ ਜਾਨਵਰ ਦੇਣੇ ਪੈਂਦੇ ਆ ਲਿਆ ਕੇ, ਜੋ ਅੱਛਾ ਕਿ ਜੀ। ਇਹ ਆਪਦੇ ਆਪ ਮਾਰਦੇ ਨੇ ਤੇ ਆਪਦੇ ਆਪ ਹੀ ਖਾ ਲੈਂਦੇ ਆ। ਕੁਛ ਇੱਥੇ ਵੀ ਸ਼ਿਕਾਰ ਕਰਦੇ ਨੇ ਮਾੜਾ ਮੋਟਾ ਉੱਪਰ? ਉਰੇ ਜੇ ਕਈ ਵਾਰ ਇਹਨਾਂ ਦੇ ਜਾਨਵਰ ਉਰੇ ਦਾਅ ਪੇਚ ਦੇ ਵਿੱਚ ਆ ਜਾਂਦਾ, ਕਿਉਂਕਿ ਹਲੇ ਇਹਨੇ ਫੁੱਲ ਟ੍ਰੇਨਡ ਨਹੀਂ ਹੋਏ ਵੀ ਇਹ ਖੁੱਲ ਕੇ ਆਪਦਾ ਵਾਪਸ ਆ ਜਾਣ। ਜਦੋਂ ਇਹ ਆਪਦਾ ਪੂਰਾ ਟ੍ਰੇਨਡ ਹੋ ਜਾਂਦਾ ਪਰਿੰਦਾ ਖੋਲਦੇ ਨੇ, ਕਿਉਂਕਿ ਜਿਉਂ ਜਿਉਂ ਇਹ ਟ੍ਰੇਨਿੰਗ ਅਨੁਸਾਰ ਵਧੀ ਜਾਂਦੇ ਨੇ, ਸਿਆਣੇ ਹੋਈ ਜਾਂਦੇ ਨੇ, ਓਨੇ ਓਨੇ ਇਹ ਖੁੱਲੀ ਜਾਂਦੇ ਨੇ, ਦੂਰੀਆਂ ਵਧੀ ਜਾਂਦੀਆਂ ਹਨਾ, ਖੁੱਲੇ ਹੋਏ ਉੱਡਦੇ ਆ, ਤੇ ਜਦੋਂ ਇਹ ਫਿਰ ਉਰੋਂ ਖੋਲ ਦਾਂਗੇ ਇਹਨਾਂ ਨੂੰ, ਫਿਰ ਇਹ ਆਪਦਾ ਪੂਰਾ ਖੁੱਲ ਕੇ ਉੱਡਦੇ ਆ। ਬੰਨੇ ਹੋਏ ਵੀ ਇਹ ਸ਼ਿਕਾਰ ਕਰ ਜਾਂਦੇ ਨੇ ਉਰੇ ਏਰੀਆ ਜੀ ਇਹਨਾਂ ਦਾ, ਇਹ ਉਰੇ ਇੰਨੇ ਪੂਰੇ ਥਾਂ ਦੇ ਵਿੱਚ ਉੱਡਦੇ ਆ, ਇਕੱਲਾ ਟਾਵਰ ਤੱਕ ਨਹੀਂ ਜਾਂਦੇ, ਕਿਉਂਕਿ ਇਹਦੇ ਵਿੱਚ ਫਸ ਸਕਦਾ ਰੱਸੀ ਵਗੈਰਾ ਇਹਨਾਂ ਦੀ, ਹਾਂਜੀ ਹਾਂਜੀ। ਉਰੇ ਉੱਡਦੇ ਆ ਦਰਖਤ ਦੇ ਉੱਤੇ ਬਹਿ ਜਾਂਦੇ ਨੇ ਆਪਦੇ, ਜੇਕਰ ਇਹਨਾਂ ਦੀ ਮਾਰ ਦੇ ਵਿੱਚ ਕੋਈ ਜਾਨਵਰ ਆ ਗਿਆ ਤਾਂ ਇਹਨਾਂ ਨੇ ਮਾਰ ਦੇਣਾ ਫੜ ਕੇ। ਠੀਕ ਹੈ ਜੀ, ਹਾਂਜੀ ਮਤਲਬ ਕਰ ਲੈਂਦੇ ਨੇ ਸ਼ਿਕਾਰ? ਬਿਲਕੁਲ, ਜਿਉਂਦੇ ਜਾਨਵਰ ਦਾ ਸ਼ਿਕਾਰ ਬਿਲਕੁਲ ਮਾਰ ਦਿੰਦੇ ਨੇ, ਉਹ ਠੀਕ ਆਪਾਂ ਹੈ ਜੀ। ਕਈ ਦੇ ਕਰਾ ਕੇ ਵੀ ਦਿਖਾ ਦੇਵਾਂਗੇ। ਹਾਂ ਜੀ ਹਾਂ, ਉਹ ਵੀ ਜ਼ਰੂਰੀ ਆ, ਉਹ ਇੱਥੇ ਬਿਲਕੁਲ ਦਿਖਾ ਦਾਂਗੇ। ਕਿੰਨੇ ਚਿਰ ਦੇ ਹੋਵੇ ਜੀ? ਇਹ ਇਸ ਵਕਤ 6 ਮਹੀਨਿਆਂ ਦਾ ਬੱਚਾ ਜੀ, ਅੱਛਾ ਚੂਜ਼ ਜੀ। ਪਰਿੰਦਾ ਬਿਲਕੁਲ ਹੀ ਚੂਚਾ ਹਲੇ। ਇਹ ਮੇਲ ਹੈ ਕਿ ਫੀਮੇਲ ਹੈ ਜੀ? ਇਹ ਮੇਲ ਹੈ ਜੀ। ਅੱਛਾ ਜੀ, ਉਹ ਜਿਹੜਾ ਦੂਸਰਾ ਜੀ? ਉਹ ਫੀਮੇਲ ਹੈ ਜੀ। ਅੱਛਾ ਜੀ, ਆਜੋ ਉਹ ਵੀ ਦਿਖਾਈ ਦਿੰਨੇ ਆ ਜੀ। ਹਾਂਜੀ ਹਾਂ, ਇਹਨੂੰ ਆਪਾਂ ਉਰੋਂ ਛੱਡ ਦਿੰਨੇ ਆ, ਉਹਦੇ ਕੋਲੇ ਵਗ ਜਾਓ ਆਪਦੇ ਆਪ। ਹਾਂਜੀ ਹਾਂਜੀ, ਨਾਲੇ ਸਾਈਜ਼ ਪਤਾ ਲੱਗ ਜੂ ਸਾਰੇ ਸੱਜਣਾਂ ਨੂੰ। ਹਾਂ ਜੀ ਹਾਂ, ਇਹ ਵੀ ਜ਼ਰੂਰੀ ਹੈ ਜੀ। ਅੱਛਾ ਜੀ, ਦੋਨੇ ਇਕੱਠੇ ਹੀ ਰਹਿੰਦੇ ਨੇ ਮਤਲਬ? ਹਾਂ ਬਿਲਕੁਲ। ਅੱਛਾ ਜੀ, ਤੇ ਇਹ ਬਾਬਾ ਜੀ ਇਹਨਾਂ ਦੀ ਉਮਰ ਲਗਭਗ ਕਿੰਨੀ ਕੁ ਹੋਗੀ ਜੀ? ਇਹ ਦੋਨੋਂ 6-6 ਮਹੀਨਿਆਂ ਦੇ ਪਰਿੰਦੇ ਆ ਜੀ, ਦੋਨੋਂ ਇਕੱਠੀ ਉਮਰ ਦੇ ਪਰਿੰਦੇ ਨੇ ਬਿਲਕੁਲ ਹੀ। ਅੱਛਾ ਵੀ, ਦੋਨੇ ਮਤਲਬ ਇੱਕੋ ਹੀ, ਮਤਲਬ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਇੱਕੋ ਹੀ ਭੈਣ ਭਾਈ ਨੇ ਜਾਂ ਕਿਵੇਂ ਨਹੀਂ ਨੇ? ਨਹੀਂ, ਇੱਕੋ ਏਜ ਦੇ ਪਰਿੰਦੇ ਹੈਗੇ, ਬਿਲਕੁਲ ਚੂਜ਼ ਪਰਿੰਦੇ ਨੇਗੇ। ਅੱਛਾ, ਹਾਂਜੀ ਹਾਂਜੀ, ਮਤਲਬ ਹੈਗੇ ਅਲੱਗ ਅਲੱਗ ਨੇ? ਹਾਂ ਅਲੱਗ ਅਲੱਗ ਨੇ, ਦੋਨੋਂ ਇਹਨਾਂ ਈਗਲ ਤੋਂ ਬਰੀਡਿੰਗ ਹੋ ਸਕਦੀ ਹੈ? ਹੋ ਸਕਦੀ ਹੈ, ਪਰ ਇਹ ਬਰੀਡ ਕਰਨਗੇ 3 ਸਾਲਾਂ ਬਾਅਦ ਜਾ ਕੇ। ਅੱਛਾ ਜੀ, ਇਹ ਤਿੰਨ ਹਾਂ ਸਾਲਾਂ ਤੋਂ ਬਾਅਦ ਇਹਨਾਂ ਬਿਲਕੁਲ, ਵੀ ਹਜੇ ਤਾਂ ਮਤਲਬ ਇਹ ਬੱਚੇ ਨੇ। ਇਹਦੀ ਆਪਦੀ ਆਪਦੀ ਸਟੇਜ ਆ ਪਰਿੰਦੇ ਦੀ, ਪਹਿਲਾਂ ਇਹ ਚੂਜ਼ ਹੁੰਦਾ, ਫਿਰ ਜੁਵਨਾਈਲ ਹੁੰਦਾ, ਫਿਰ ਜਦੋਂ ਅਡਲਟ ਹੁੰਦਾ ਉਸ ਤੋਂ ਅੱਗੇ ਜਾ ਕੇ ਬਰੀਡ ਕਰਦਾ। ਉਹ ਵੀ ਇਹਦਾ ਕੋਈ ਪਤਾ ਨਹੀਂ ਆਪਣੇ ਕੋਲ ਕਰਨਗੇ ਜਾਂ ਨਹੀਂ, ਉਸ ਤੋਂ ਬਾਅਦ ਹੋ ਸਕਦਾ ਇਹਨੂੰ ਜਾਂ ਦੁਬਾਰਾ। ਅੱਛਾ ਜੀ, ਵੀ ਆਪਾਂ ਹਜੇ ਤੱਕ ਕਰਾਈ ਨਹੀਂ ਇਹਨਾਂ ਦੀ? ਹਾਂ, ਕਿਉਂਕਿ ਪਰਿੰਦਾ ਕਦੇ ਵੀ ਕਿਸੇ ਇਨਸਾਨ ਦੇ ਕੋਲੇ ਬਰੀਡ ਨਹੀਂ ਕਰਦਾ ਹੈਗਾ ਜਿਹੜਾ ਬਾਜ ਹੈ ਜਲਦੀ, ਕਿਉਂਕਿ ਇਹਦੀ ਜਿਹੜੀ ਬਰੀਡ ਹੈ ਇਹ ਜੰਗਲ ਦੇ ਵਿੱਚ ਹੀ ਜ਼ਿਆਦਾਤਰ ਸੇਫ ਹੁੰਦੀ ਹੈ, ਕਿਉਂਕਿ ਜਦੋਂ ਇਹ ਜਿਹੜੀ ਫੀਮੇਲ ਇਹਦੀ ਬਰੀਡ ਕਰਦੀ ਹੈ ਜਦੋਂ ਤੁਹਾਡਾ
ਉਹਨੂੰ ਫੂਡ ਪੋਇਜ਼ਨਿੰਗ ਹੋ ਗਿਆ ਸੀਗਾ, ਉਹਨੇ ਸ਼ਿਕਾਰ ਮਾਰਿਆ ਜਦੋਂ ਉਹਨੂੰ ਕੋਈ ਪ੍ਰੋਬਲਮ ਸੀ ਜਾਂ ਕਿੱਦਾਂ ਅੰਦਰ ਜ਼ਹਿਰਵਾ ਪੈਦਾ ਹੋ ਕੇ ਉਹ ਬਾਅਦ ਚੜ੍ਹਾਈ ਕਰ ਗਿਆ ਸੀਗਾ। ਠੀਕ, ਇਹ ਬਾਬਾ ਜੀ ਕਈ ਵਾਰ ਕੋਈ ਮਾੜਾ ਮੋਟਾ ਬਿਮਾਰ ਹੋ ਜਾਂਦੇ ਨੇ ਜਾਂ ਕਿਵੇਂ ਵੀ, ਫਿਰ ਇਹਦਾ ਕਿਵੇਂ ਤੁਸੀਂ ਉਹ ਕਰਦੇ ਇਹਦਾ ਹੋ? ਟ੍ਰੀਟਮੈਂਟ ਇਹਨੂੰ ਸਾਰਾ ਬਾਈ ਜੀ ਆਪਾਂ ਆਪ ਦਿੰਦੇ ਹਾਂ। ਅੱਛਾ ਜੀ। ਹਾਂ, ਇਹਦੀ ਕਿਉਂਕਿ ਇਹਦਾ ਨਾ ਤਾਂ ਕੋਈ ਛੇਤੀ ਡਾਕਟਰ ਹੈ, ਨਾ ਹੀ ਇਹਦੇ ਬਾਰੇ ਕਿਸੇ ਨੂੰ ਨੌਲੇਜ ਹੈ। ਜਿਹੜਾ ਬੰਦਾ ਇਹਨਾਂ ਨੂੰ ਪਾਲਦਾ ਜਾਂ ਫਲਕਨਰੀ ਦਾ ਸ਼ੌਂਕ ਰੱਖਦਾ, ਉਹਨੂੰ ਇੰਨਾ ਕੁ ਫਿਰ ਆਪ ਸ਼ੌਂਕ ਦੇ ਨਾਲ ਨਾਲ ਨੌਲੇਜ ਵੀ ਹੋਣੀ ਚਾਹੀਦੀ ਹੈ ਵੀ ਜੇਕਰ। ਹਾਂ ਬਿਲਕੁਲ, ਕਿਉਂਕਿ ਸਾਨੂੰ ਹੁਣ ਤੋਂ ਲਗਭਗ 5 ਸਾਲ ਤੋਂ ਉੱਤੇ ਹੋ ਗਿਆ ਬਾਜ਼ਦਾਰੀ ਕਰਦਿਆਂ ਨੂੰ, ਜਿਹੜੇ ਪਰਿੰਦੇ ਰੱਖਦੇ ਹਾਂ ਅਤੇ ਛੱਡਦੇ ਹਾਂ ਆਪਾਂ। ਠੀਕ ਹੈ ਜੀ, ਠੀਕ ਹੈ। ਤੇ ਇਹ ਬਾਬਾ ਜੀ ਜਿਵੇਂ ਮਤਲਬ ਕਈ ਵਾਰ ਕੋਈ ਰੱਖਦਾ ਹੈ ਤੇ ਕਈ ਵਾਰ ਕਿਸੇ ਨੂੰ ਕੋਈ ਪ੍ਰੋਬਲਮ ਪੈ ਜਾਂਦੀ ਹੈ ਵੀ ਉਹ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਹੈ ਵੀ ਜੇ ਕਈ ਵਾਰ ਕੋਈ ਮਾੜੀ ਮੋਟੀ? ਬਾਈ ਜੀ ਬਿਲਕੁਲ, ਬਾਕੀ ਇੱਕੋ ਗੱਲ ਕਹਿੰਦੇ ਆ ਜੀ, ਦੇਖੋ ਜਿਹੜਾ ਇਹ ਪਰਿੰਦਾ ਹੈ ਹਰੇਕ ਦੇ ਰੱਖਣ ਯੋਗ ਨਹੀਂ ਹੈ। ਹਾਂਜੀ ਹਾਂ, ਕਿਉਂਕਿ ਜੋ ਆਪਾਂ ਬਾਜ਼ ਰੱਖਣਾ ਕਦੇ ਬਾਜ਼ ਨੂੰ ਬੰਦਾ ਆਪਦੇ ਹਿਸਾਬ ਨਾਲ ਨਹੀਂ ਰੱਖ ਸਕਦਾ, ਆਪਾਂ ਨੂੰ ਬਾਜ਼ ਦੇ ਹਿਸਾਬ ਨਾਲ ਰੱਖਣਾ ਪਊਗਾ ਜਿਵੇਂ ਉਹ ਰਹਿਣਾ ਪਸੰਦ ਕਰਦਾ ਹੈ ਨਾ। ਬਾਕੀ ਇਹਦੀ ਜਿਹੜੀ ਦੇਖ ਰੇਖ ਆ ਉਹ ਪਹਿਲਾਂ ਇਨਸਾਨ ਨੂੰ ਆਪ ਪਤਾ ਹੋਣੀ ਚਾਹੀਦੀ ਹੈ ਨਾ, ਵੀ ਮਾਸਾਹਾਰੀ ਜਾਨਵਰ ਹੈ, ਇਹਦੀ ਦੇਖ ਰੇਖ ਬਹੁਤ ਵਧੀਆ ਤੇ ਚੰਗੀ ਹੁੰਦੀ ਹੈ ਹਨਾ, ਸੋ ਉਸ ਹਿਸਾਬ ਨਾਲ ਹੀ ਕਰਨੀ ਪੈਂਦੀ ਹੈ। ਸਮਝ ਗਈ ਵੀ ਤੁਸੀਂ ਤਾਂ ਐਂ ਕਹਿ ਰਹੇ ਹੋ ਵੀ ਜੇ ਇਹਨਾਂ ਨੂੰ ਕਈ ਵਾਰ ਖਾਣੇ ਪੀਣੇ ਦੀ ਕਿਸੇ ਚੀਜ਼ ਦੀ ਲੋੜ ਹੈ ਤਾਂ ਤੁਸੀਂ ਕਰ ਸਕਦੇ ਹੋ, ਬਿਲਕੁਲ ਵੀ ਆਮ ਨਿਹੰਗ ਕਰ ਸਕਦੇ ਨੇ, ਬਿਲਕੁਲ ਬਿਲਕੁਲ, ਜਿਹਨੂੰ ਵੀ ਸ਼ੌਂਕ ਆ ਆਮ ਬੰਦਿਆਂ ਨੂੰ ਤਾਂ ਉਹੀ ਗੱਲ ਆਈ ਵੀ। ਹਾਂਜੀ ਹਾਂ, ਬਾਕੀ ਆਪਦੀ ਆਪਦੀ ਨੌਲੇਜ ਆ ਹਰੇਕ ਦੀ ਹਨਾ, ਜੇਕਰ ਆਪਾਂ ਜਾਨਵਰ ਰੱਖਣਾ। ਹਾਂ, ਜੇ ਜਾਨਵਰ ਰੱਖਣਾ ਤਾਂ ਆਪਾਂ ਨੂੰ ਪਹਿਲਾਂ ਉਹਦੇ ਬਾਰੇ ਨੌਲੇਜ ਹੋਣੀ ਚਾਹੀਦੀ ਹੈ, ਪਹਿਲਾਂ ਉਹਦੇ ਬਾਰੇ ਜੇਕਰ ਕੱਲ ਕੋਈ ਗੱਲਬਾਤ ਹੁੰਦੀ ਹੈ, ਢਿੱਲ ਮੱਠ ਹੁੰਦੀ ਹੈ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਆਪਾਂ ਇਹਨੂੰ ਕੋਈ ਟ੍ਰੀਟਮੈਂਟ ਦੇ ਸਕੀਏ। ਸਹੀ ਗੱਲ ਹੈ ਵੀ ਜਿਵੇਂ ਡਾਕਟਰਾਂ, ਕਿਉਂਕਿ ਜਿਹੜਾ ਬਾਜ਼ ਹੈ ਇਹ ਇੱਕ ਕੁਦਰਤੀ ਤੇ ਨੇਚਰਲੀ ਪਰਿੰਦਾ ਹੈ, ਇਹਨੂੰ ਜ਼ਿਆਦਾਤਰ ਮੈਡੀਕਲ ਲਾਈਨ ਦੇ ਵਿੱਚ ਇਹਨੂੰ ਜ਼ਿਆਦਾ ਆਪਾਂ ਦਵਾਈਆਂ ਨਹੀਂ ਦੇ ਸਕਦੇ ਹੈਗੇ ਕੁਛ ਵੀ, ਇਹਦੇ ਜਿਹੜੇ ਟ੍ਰੀਟਮੈਂਟ ਨੇ ਉਹ ਵੀ ਦੇਸੀ ਤੌਰ ਤੇ ਹੀ ਹੋਣਗੇ। ਮੈਂ ਸਮਝ ਗਿਆ ਜਿਵੇਂ ਤੁਸੀਂ ਕਹਿੰਦੇ ਹੋ ਤੁਸੀਂ ਵੈਸੇ ਵੀ ਜ਼ਿਆਦਾ ਦੇਸੀ ਚੀਜ਼ਾਂ ਦਾ ਉਹ ਕਰਦੇ ਤੁਸੀਂ, ਇਹਦੇ ਵੀ ਦੇਸੀ ਚੀਜ਼ਾਂ ਦਾ? ਹਾਂ, ਕਿਉਂਕਿ ਇਹ ਤਾਂ ਬਿਲਕੁਲ ਹੀ ਕੁਦਰਤ ਦੇ ਨਾਲ ਜੁੜੇ ਹੋਏ ਪਰਿੰਦੇ ਨੇ, ਹੈ ਕਿ ਨਹੀਂ? ਜੇ ਇਸ ਵਕਤ ਆਪਾਂ ਕਦੇ ਨੂੰ ਬੁਖਾਰ ਚੜ ਜਾਵੇ ਤਾਂ ਇਹਦਾ ਬੁਖਾਰ ਕੋਈ ਕਿੱਦਾਂ ਚੈੱਕ ਕਰੂਗਾ? ਸਹੀ ਗੱਲ, ਇਨਸਾਨ ਦਾ ਥਰਮਾਮੀਟਰ ਜਿਹੜਾ 109 ਡਿਗਰੀ ਤੱਕ ਹੁੰਦਾ ਉਹ। ਹਾਂਜੀ ਹਾਂਜੀ, ਇਹਨਾਂ ਦਾ ਨਾਰਮਲ ਆ ਉੱਥੇ ਤੱਕ। ਅੱਛਾ ਜੀ, ਇਹਨਾਂ ਦਾ ਨਾਰਮਲ? ਹਾਂ, ਤਾਂ ਕਰਕੇ ਤਾਂ ਜਲਦੀ ਪਤਾ ਵੀ ਨਹੀਂ ਲੱਗਦਾ, ਹਰੇਕ ਚੀਜ਼ ਦਾ ਆਪੋ ਆਪਣਾ ਹਨਾ ਰੱਖਣ ਦਾ ਤਜਰਬੇ ਦੇ ਨਾਲ ਨਾਲ ਹਰੇਕ ਚੀਜ਼ ਦਾ ਪਤਾ ਲੱਗਦਾ। ਤੁਸੀਂ ਹੁਣ ਰੱਖਦੇ ਹੋ ਤੁਹਾਨੂੰ ਪਤਾ ਲੱਗ ਜਾਂਦਾ। ਹਾਂ ਬਿਲਕੁਲ ਜੀ, ਬਿਲਕੁਲ। ਠੀਕ ਹੈ ਜੀ, ਠੀਕ ਹੈ ਜੀ ਬਾਈ। ਬਾਬਾ ਜੀ ਇਹਨਾਂ ਨੂੰ ਫਿਰ ਰਹਿਣ ਦਾ ਇਹਨਾਂ ਦਾ ਕਿਵੇਂ ਆ, ਮੌਸਮ ਦਾ ਇਹਨਾਂ ਨੂੰ ਕਿਵੇਂ ਉਹ ਹੈਗਾ ਵੀ ਠੰਡ 'ਚ ਜਾਂ ਗਰਮੀ, ਇਹਨਾਂ ਨੂੰ ਕੀ ਲੱਗਦਾ ਕੀ ਹੈ? ਗਰਮੀ ਜ਼ਿਆਦਾ ਮੰਨਦੇ ਨੇ ਜੀ, ਠੰਡ ਘੱਟ ਮੰਨਦੇ ਨੇ। ਗਰਮੀ ਜ਼ਿਆਦਾ ਮੰਨਦੇ? ਗਰਮੀ 'ਚ ਐਂ, ਇੱਕ ਤਾਂ ਜਿਹੜਾ ਪਰਿੰਦਾ ਇਹਦੀ ਖੁਰਾਕ ਹੀ ਗਰਮ ਆ ਹਨਾ, ਕਿਉਂਕਿ ਇਹਨੇ ਖਾਣਾ ਹੀ ਸਿਰਫ ਮਾਸ ਹੈ, ਇਹਦੀ ਡਾਈਟ ਬਹੁਤ ਗਰਮ ਹੈ, ਉਹਦੇ ਕਰਕੇ ਠੰਡ ਇਹਦੇ ਨਾਲ ਥੋੜ੍ਹਾ ਘੱਟ ਮੰਨਦੇ ਨੇ। ਠੰਡ ਤਾਂ ਨਾਰਮਲੀ ਬੈਠੇ ਰਹਿੰਦੇ ਆ ਇਹ। ਹਾਂ, ਉਰੇ ਕੋਠੇ ਦੀ ਹੁੰਦੇ ਆ ਕਿ ਰਾਤ ਨੂੰ ਵੀ ਦਿਨੇ ਵੀ। ਤੇ ਫਿਰ ਇਹਨਾਂ ਦਾ ਗਰਮੀ 'ਚ ਤੁਸੀਂ ਕਿਵੇਂ ਉਹ ਕਰਦੇ ਹੋ? ਗਰਮੀ 'ਚ ਥੱਲੇ ਹੁੰਦੇ ਨੇ ਜੀ। ਅੱਛਾ ਜੀ। ਹਾਂ, ਇਹਨਾਂ ਨੂੰ ਸੱਚ ਰੱਖਦੇ ਕਿੱਥੇ ਹੋ ਤੁਸੀਂ? ਰੱਖਦੇ ਨੇ ਤਾਂ ਸਟੈਂਡ ਦੇ ਉੱਤੇ ਰਹਿੰਦੇ ਨੇ ਜੀ ਹਫਦੇ ਤੇ। ਤੇ ਪੱਕੇ ਵੀ ਇਹਨਾਂ ਨੂੰ ਕੋਈ ਉਹ ਨਹੀਂ ਹੈਗਾ ਜਿਵੇਂ ਆਪਾਂ ਉਹ ਰੱਖਦੇ ਆ? ਇਹਨਾਂ ਦਾ ਸਟੈਂਡ ਆ ਜੀ, ਸਟੈਂਡ ਉੱਤੇ ਇਹ ਬਹਿ ਜਾਂਦੇ ਨੇ, ਉਹਦਾ ਘੁੰਮਦੇ ਫਿਰਦੇ ਨੇਗੇ, ਕੋਈ ਪਿੰਜਰੇ ਵਿੱਚ ਨਹੀਂ ਰੱਖਦੇ ਹੈਗੇ। ਉਹੀ ਗੱਲ ਹੈ ਵੀ ਕੈਦ ਨਹੀਂ ਰਹਿ ਸਕਦੇ। ਨਾ ਨਾ, ਇਹ ਜਿਵੇਂ ਆਪਾਂ ਨਾਰਮਲ ਪਰਿਵਾਰ ਫਿਰਦਾ, ਸਾਰਾ ਦੇ ਵਿੱਚ ਤੁਹਾਨੂੰ ਘਰੇ ਆਉਂਗੇ, ਐਂ ਬੈਠੇ ਮਿਲਣਗੇ ਤੁਹਾਨੂੰ ਆਪਦੇ ਸਟੈਂਡ ਦੇ ਉੱਤੇ, ਐਂ ਜੀ ਬੋਲਦੇ ਵੀ ਹੁੰਦੇ ਨੇ ਜਦੋਂ ਕੋਈ ਆ ਜਾਂਦਾ, ਰੌਲਾ ਪਾਉਂਦੇ ਆ। ਤੇ ਬਾਬਾ ਜੀ ਇੱਕ ਇਹਨਾਂ ਦਾ ਐਂ ਪੁੱਛਦਾ ਜੀ ਵੀ ਜਿਵੇਂ ਹੁਣ ਇਹ ਤੁਹਾਨੂੰ ਵੀ ਤੁਹਾਡੇ ਤੇ ਵੀ ਗੁੱਸਾ ਕਰਦਾ ਅਗਰ ਐਕਸ ਵੱਧ ਨੇ? ਇਹ ਬਹੁਤ ਗੁੱਸਾਖੋਰ ਪਰਿੰਦਾ ਜੀ, ਇਹ ਇਹਦੇ ਤੁਸੀਂ ਚੱਕਣ ਲੱਗੇ ਮੈਂ ਦੇਖਿਆ ਤੁਹਾਨੂੰ ਵੀ ਇਹਨੇ ਗੁੱਸਾ ਕਰਿਆ ਤੁਹਾਡੇ ਤੇ? ਹਾਂ, ਇਹ ਜਦੋਂ ਉਹ ਹੁੰਦਾ ਨਾ ਇਹਨੂੰ ਐਂ ਹੁੰਦਾ ਮੈਨੂੰ ਛੇੜਦੇ ਜਾਂ ਕਿੱਦਾਂ ਕਰਦੇ ਹਨਾ ਕੁਛ ਕਰਨ ਨਾ, ਉਹ ਜਿੱਦਾਂ ਹੱਥ ਲਾਉਂਦੇ ਆ ਦੇਖੋ ਉਹ ਕਰਦਾ, ਜਦੋਂ ਹੱਥ ਲਾ ਦਿੰਦੇ ਆ ਉਸ ਤੋਂ ਬਾਅਦ ਕੁਛ ਨਹੀਂ ਕਹਿੰਦਾ ਹਨਾ। ਅੱਛਾ ਜੀ। ਹਾਂ, ਵੀ ਮਤਲਬ ਗੁੱਸਾ ਮੰਨਦੇ ਨੇ ਇਹ ਜਦੋਂ ਕੋਈ, ਤੁਸੀਂ ਤਾਂ ਫੇਰ ਵੀ ਉਹ ਕਰਨ ਜੇ ਮੇਰੇ ਵਰਗਾ ਉਹ ਕਰ ਲੇ ਤਾਂ ਆ ਦੇਖੋ ਨੌਹਾਂ ਤੋਂ ਪਤਾ ਲੱਗਦੇ ਨੇ ਤੂੰ। ਬਿਲਕੁਲ ਜੀ, ਬਿਲਕੁਲ, ਬਹੁਤ ਵੱਡੇ ਨੌਹ ਨੇ ਜੀ, ਤਾਂ ਮਤਲਬ ਖੂਨ ਕੱਢ ਸਕਦੇ ਨੇ ਬਾਹਾਂ ਤੋਂ। ਜੇ ਇਹ ਇਨਸਾਨ ਨੂੰ ਫੜ ਲੈਣ ਤਾਂ ਇਹ ਬੰਦੇ ਦੀ ਨਬਜ਼ ਤੱਕ ਐਂ ਕੱਟ ਲਾ ਦਿੰਦੇ ਨੇ ਜੀ ਵਿੱਚ ਨੌਹ ਕੱਢ ਕੇ, ਕਿਉਂਕਿ ਜੋ ਇਹਦੇ ਨੌਂਦਰ ਦੀ ਪਰਿੰਦੇ ਆਪਾਂ ਕੈਮਰਾ ਨੇੜੇ ਕਰਕੇ ਵੀ ਦਿਖਾ ਦਿੰਦੇ ਆ। ਹਾਂ, ਜਿਹੜੀ ਇਹਦੀ ਆ ਨੌਂਦਰ ਆ ਇਹਦਾ ਦੇਖ ਸਕਦੇ ਆਪਾਂ ਹਨਾ, ਇਹਦਾ 1.5 ਇੰਚ ਦੀ ਇਹਦਾ ਸਾਈਜ਼ ਆ, ਇੱਕ ਨੌਂਦਰ ਦਾ ਜਿਹੜਾ ਇਹਦਾ ਪੈਰ ਦੀ ਨੌਂਦਰ ਆ ਜਿਹੜੀ ਉਹਦਾ ਸਾਈਜ਼ ਹੀ 1.5 ਇੰਚ ਦਾ। ਅੱਛਾ ਜੀ। ਜਦੋਂ ਇਹ ਕਿਸੇ ਵੀ ਸ਼ਿਕਾਰ, ਇਹ ਖਰਗੋਸ਼ ਨੂੰ ਜ਼ਿਆਦਾਤਰ ਇਹ ਬਨੈਲੀ ਹੈ, ਇਹ ਜ਼ਿਆਦਾਤਰ ਖਰਗੋਸ਼ ਨੂੰ ਜ਼ਿਆਦਾ ਫੜਦਾ ਜਾਂ ਜੰਗਲੀ ਕਬੂਤਰ ਨੂੰ, ਜਦੋਂ ਇਹ ਆਪਦੇ ਸ਼ਿਕਾਰ ਨੂੰ ਫੜ ਲੈਂਦਾ ਇੱਕ ਵਾਰੀ, ਇਹ ਉਹਦੇ ਜਿਹੜੇ ਨੌਂਦਰਾਂ ਨੇ ਇਹਦੀਆਂ ਉਹਦੇ ਵਿੱਚ ਗੱਡ ਜਾਂਦੀਆਂ ਨੇ, ਜਿਵੇਂ ਸੂਲ ਹੁੰਦੀ ਹੈ ਜਾਂ ਬੇਰੀ ਦੇ ਕੰਡੇ ਹੁੰਦੇ ਆ ਉਹਦੇ ਨਾਲ ਉਹਦੇ ਵਿੱਚ ਧੱਸ ਜਾਂਦੇ ਨੇ। ਜਾਨਵਰ ਜਿੰਨਾ ਮਰਜ਼ੀ ਤੜਫੇ ਜਾਂ ਕੁਛ ਵੀ ਕਰੇ ਦੇ ਪੰਜਿਆਂ ਦੇ ਵਿੱਚੋਂ ਨਹੀਂ ਨਿਕਲ ਸਕਦਾ। ਸਮਝ ਗਿਆ ਜੀ, ਵੀ ਮਤਲਬ ਇਨਸਾਨਾਂ ਨੂੰ ਤਾਂ ਇਹ ਨਾਰਮਲੀ ਕੁਝ ਕਹਿੰਦੇ ਨਹੀਂ, ਜੇ ਆਪਾਂ ਮਾੜਾ ਮੋਟਾ ਕੋਈ ਇਹਦੇ ਨਾਲ ਛੇੜਛਾੜ ਕਰਾਂਗੇ ਬਿਲਕੁਲ ਫਿਰ ਇਹ ਉਹ ਕਰੂਗਾ ਇਨਸਾਨ। ਤੇ ਆਪਾਂ ਇਹ ਵੀ ਦੱਸ ਦਿੰਦੇ ਹਾਂ
हाँ जी हाँ, इन्हां नूं सिख्या दे रहे हो इस या वक्त हजे? परिंदा 6 महीनों का जी, इहदी ट्रेनिंग हले चली जाती है, बहुत टाइम लगेगा क्योंकि बहुत ज्यादा गुस्साखोर ते अग्रेसिव परिंदा हुंदा है, क्योंकि इहनूं मेनटेन करन दे विच समां लगदा। जदों इह मेनटेन हो जांदा, प्रॉपर ट्रेंड हो गया, तां इहदी उडारी खुले असमान दे विच आपां वीडियो दे राहीं सारे दर्शकां नूं भी दिखा सकांगे, हैना, ते इहदा आपां शिकार भी दिखा सकांगे। चक लो। हाँ, चक आपां जिहड़ा मर्जी परिंदा लईए जी। आ जाओ बेटे, ਇਹ ਤੁਸੀਂ ਨੇ ਬਾਹਾਂ ਦੇ ਉੱਤੇ ਤਾਂ ਹੀ ਇਹ ਆਹ ਗਲਵਜ਼ ਇਹ ਚੜਾਇਆ ਹੋਇਆ ਵੀ ਹਾਂ ਜੀ ਹਾਂ, ਕਈ ਵਾਰ ਕਿਤੇ ਗੁੱਸੇ 'ਚ ਆ ਕੇ ਇਹ ਬਾਹ ਤੇ ਵੈਸੇ ਤਾਂ ਇਹ ਚੱਕੇ ਨਹੀਂ ਜਾਣਾ ਹਨਾ ਜੀ, ਇਹ ਵੈਸੇ ਵੀ ਨੋਰਮਲ ਵੀ ਬਿਨਾਂ ਗਲਵਜ਼ ਤੋਂ ਹਾਂ, ਬਿਨਾਂ ਗਲਵਜ਼ ਤੋਂ ਇਹਨੂੰ ਬਾਂਹ ਦੇ ਉੱਤੇ ਚੱਕਿਆ ਨਹੀਂ ਜਾ ਸਕਦਾ ਜੀ, ਕਿਉਂਕਿ ਜਿਹੜੇ ਦੇ ਪੰਜੇ ਨੇ ਉਹਨਾਂ ਦੀ ਪਕੜ ਬਹੁਤ ਮਜ਼ਬੂਤ ਹੈ। ਅੱਛਾ ਜੀ, ਜੇਕਰ ਇਹ ਪੰਜੇ ਆਪਦੇ ਹੁਣ ਵੀ ਕੁੱਟ ਲੈਂਦਾ ਤਾਂ ਇਹ ਗਲਵਜ਼ ਦੇ ਵਿੱਚੋਂ ਵੀ ਫੀਲ ਕਰਾਉਂਦਾ ਕਿਸੇ ਚੀਜ਼ ਨੇ ਚੰਗੀ ਤਰ੍ਹਾਂ ਪਕੜਿਆ ਹੋਇਆ ਮੈਨੂੰ। ਸਮਝ ਗਏ ਜੀ, ਹਾਂ, ਮਤਲਬ ਗਲਵਜ਼ ਇਹ ਪਾੜ ਵੀ ਸਕਦੇ ਜੀ ਆਪਦੀ ਆਈ ਤੇ ਆ ਜੇ, ਪਾੜ ਦਿੰਦੇ ਨੇ ਜੀ, ਕੋਈ ਵੱਡੀ ਗੱਲ ਨਹੀਂ, ਕਿਉਂਕਿ ਇਹਦੇ ਨਿਸ਼ਾਨ ਤਾਂ ਵੈਸੇ ਹੀ ਪੈ ਜਾਂਦੇ ਆਗੇ ਪੰਜੇ ਦੇ ਉੱਤੇ, ਪੰਜਾ ਬਹੁਤ ਵੱਡਾ ਪੰਜਾ ਜਦੋਂ ਇਹ ਜਾਨਵਰ ਨੂੰ ਮਾਰ ਸਕਦਾ ਜੀ ਫਿਰ ਇਹ ਗੱਲ ਹਾਂ ਹੀ ਬਿਲਕੁਲ ਵਾਲੀ ਵੱਡੀ ਗੱਲ। ਬਿਲਕੁਲ ਜੀ, ਠੀਕ ਹੈ ਬਾਬੇ, ਤੇ ਹੁਣ ਇਦੋਂ ਬਾਅਦ ਵੀ ਤੁਹਾਡਾ ਹੋਰ ਵਿਚਾਰ ਹੈਗਾ ਜਦੋਂ ਇਹਨਾਂ ਨੂੰ ਇਹ ਤੋਂ ਬਾਅਦ ਹੋਰ? ਇਹ ਪ੍ਰਜਾਤੀ ਦੇ ਹਿਸਾਬ ਨਾਲ ਜੀ, ਹਲੇ ਦੇ ਕਿੰਨਾ ਟਾਈਮ ਹੈ ਸਾਡੇ ਕੋਲ ਰਹਿੰਦਾ ਪਰਿੰਦਾ, ਹਨਾ, ਅੱਛਾ ਜੀ, ਤੇ ਉਸ ਹਿਸਾਬ ਨਾਲ ਫਿਰ ਇਸ ਤੋਂ ਹਲੇ ਕੋਈ ਵਿਚਾਰ ਨਹੀਂ ਹੈਗਾ ਇਹ ਪਰਿੰਦੇ ਤੋਂ ਬਾਅਦ, ਹਨਾ, ਪਹਿਲਾਂ, ਕਿਉਂਕਿ ਦੋ ਪਰਿੰਦੇ ਮੇਨਟੇਨ ਕਰਨੇ ਬਹੁਤ ਔਖੇ ਹੁੰਦੇ ਆ, ਪਹਿਲਾਂ ਇਹਨਾਂ ਦੀ ਪਰਵਰਿਸ਼ ਚੱਲ ਰਹੀ ਹੈ, ਫਿਰ ਇਸ ਤੋਂ ਬਾਅਦ ਜੇ ਕੀ ਹੋਊਗਾ ਇਹਨਾਂ ਦਾ ਪਰਿੰਦਾ ਦਾ ਤਾਂ ਦੇਖਿਆ ਜਾਊ। ਬਹੁਤ ਜ਼ਿਆਦਾ ਬਾਬਾ ਜੀ, ਜਿਵੇਂ ਇੱਕ ਤਰ੍ਹਾਂ ਦਾ ਆਪਾਂ ਕਹੀਏ ਵੀ ਕੰਮ ਜੀ, ਔਖਾ ਹੀ ਹੈ ਇਹਨਾਂ ਨੂੰ ਰੱਖਣਾ, ਜਿਹਨੂੰ ਸ਼ੌਂਕ ਆ ਜੀ ਉਹਨੂੰ ਕੋਈ ਔਖਾ ਨਹੀਂ ਲੱਗਦਾ, ਹਨਾ, ਹਾਂ ਜੀ ਹਾਂ, ਕਿਉਂਕਿ ਦੂਰੋਂ ਤੇ ਜਿਵੇਂ ਤੁਸੀਂ ਨਾਲ ਘੋੜੀਆਂ ਦਾ ਵੀ ਰੱਖਦੇ ਹੋ, ਘੋੜਿਆਂ ਦਾ ਵੀ? ਹਾਂ ਜੀ ਹਾਂ, ਉਹਦੇ ਨਾਲ ਇਹ ਸਭ ਸ਼ੌਂਕ ਹੈ ਜੀ, ਦੇਖੋ ਜਿਹਨੂੰ ਸ਼ੌਂਕ ਆ, ਹਨਾ, ਉਹਨੂੰ ਕੋਈ ਔਖਾ ਨਹੀਂ ਲੱਗਦਾ। ਜਿਵੇਂ ਹੁਣ ਘੋੜੇ ਨੇ, ਜਿਨ੍ਹਾਂ ਕੋਲੇ ਦੂਰੋਂ ਦੇਖਣ ਨੂੰ ਲੋਕਾਂ ਨੂੰ ਘੋੜਿਆਂ ਦਾ ਵਹਿਮ ਹੁੰਦਾ, ਲੱਤ ਮਾਰਨਗੇ, ਇਦਾਂ ਕਰਨਗੇ, ਹਰੇਕ ਨੂੰ ਡਰ ਹੁੰਦਾ, ਪਰ ਜੋ ਰੱਖਦੇ ਨੇ ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ। ਹਾਂ ਜੀ, ਉਸੇ ਤਰ੍ਹਾਂ ਸਾਨੂੰ ਬਾਜਾਂ ਦਾ ਸ਼ੌਂਕ ਹੈ, ਇਸ ਕਰਕੇ ਨਾ ਤਾਂ ਡਰ ਨਹੀਂ ਲੱਗਦਾ, ਪ੍ਰੇਮ ਹੈ ਇਹਨਾਂ ਨਾਲ ਵੀ, ਹਨਾ, ਜੀਵਾਂ ਨਾਲ। ਸਮਝ ਗਏ ਜੀ, ਹਾਂਜੀ, ਠੀਕ ਹੈ ਬਾਬਾ ਜੀ। ਫਿਰ ਇਹ ਸਾਰਾ ਦਿਨ ਤੁਹਾਡੇ ਨਾਲ ਹੀ ਰਹਿੰਦੇ ਨੇ ਜਾਂ ਵੀ ਮਤਲਬ ਇੱਥੇ ਤੁਸੀਂ ਜਦੋਂ ਉਧਰ ਘੋੜਿਆਂ ਦਾ ਉਹ ਕਰਦੇ ਹੋ? ਨਹੀਂ, ਨਾਲ ਵੀ ਬੱਲੇ ਜਾਂਦੇ ਆ ਜੀ ਇਹਨਾਂ ਨੂੰ, ਤੇ ਉਰੇ ਵੀ ਰਹਿ ਜਾਂਦੇ ਨੇ ਆਪਦਾ ਨਾਲ ਵੀ ਸਟੈਂਡ ਰਹਿ ਦੇ ਉੱਤੇ। ਜਾਂਦੇ? ਹਾਂ, ਉਰੇ ਕੋਠੇ ਦੇ ਉੱਤੇ ਆਪਦਾ, ਜ਼ਿਆਦਾਤਰ ਇਹ ਆਪਦਾ ਉਰੇ ਕੋਠੇ ਦੇ ਉੱਪਰ ਰਹਿੰਦੇ ਨੇ ਛੱਤ ਦੇ, ਤਾਂ ਕਿ ਉਰੇ ਆਪਦਾ ਜਾਨਵਰਾਂ ਨੂੰ ਵੀ ਦੇਖਦੇ ਨੇ, ਕਈ ਵਾਰ ਜੇਕਰ ਇਹਨਾਂ ਦੀ ਮਾਰ ਚਾਹੁੰਦਾ ਜਾਨਵਰ ਮਾਰ ਵੀ ਦਿੰਦੇ ਨੇ ਫੜ ਕੇ, ਉਹਦਾ ਸਾਨੂੰ ਕੋਈ ਇਤਰਾਜ਼ ਨਹੀਂ, ਪਰ ਅਸੀਂ ਇਹਨਾਂ ਨੂੰ ਜਿਹੜਾ ਆਮ ਸ਼ਿਕਾਰ ਪਰਿੰਦਾ, ਨਿਯਮ ਇਹੀ ਹਾਂ, ਹੈ ਜਿਹੜੇ ਨਾਰਮਲ ਜਿਹੜੇ ਕੁਦਰਤੀ ਪਰਿੰਦੇ ਉੱਡਦੇ ਫਿਰਦੇ ਹੈਗੇ, ਉਹਨੂੰ ਅਸੀਂ ਇਹਨੂੰ ਆਪ ਕਦੇ ਮਾਰ ਕੇ ਨਹੀਂ ਦਿੱਤਾ ਉਹ ਪਰਿੰਦਾ, ਜੇਕਰ ਇਹਨੂੰ ਅਸੀਂ ਜਿਹੜੀ ਇਹਦੀ ਡਾਈਟ ਹੈ ਕਬੂਤਰ ਵੀ ਦਿੰਦੇ ਹਾਂ ਇਹਨੂੰ, ਬਟੇਰ ਵੀ ਦਿੰਦੇ ਹਾਂ, ਹਨਾ, ਲਿਆ ਕੇ ਇਹਨੂੰ ਸਾਰਾ ਮੁੱਲ ਮਿਲਦਾ। ਬਟੇਰ ਦਾ ਇੱਕ ਪੀਸ ਆ ਜਿਹੜਾ ਉਹ 100-125 ਜਾਂ 150 ਰੁਪਏ ਤੱਕ ਵਗ ਜਾਂਦਾ ਹੈ, ਉਹ ਫਿਰ ਵੀ ਇਹਨੂੰ ਲਿਆ ਕੇ ਦਿੰਦੇ ਆ। ਇਹਨਾਂ ਨੂੰ ਰੱਖਣਾ ਹਾਂ, ਵੀ ਜੇ ਆਪਾਂ ਕਹੀਏ ਵੀ ਹੈਗਾ ਹਾਂ, ਤਾਂ ਕੋਸਟਲੀ ਵੀ ਹੈ ਆਪਦੀ, ਮਤਲਬ ਕਿ ਆਪਦੀ ਮਿਹਨਤ ਦੇ ਸਿਰ ਤੇ ਆਪਾਂ ਇਹਨੂੰ ਆਪਦੇ ਸ਼ੌਂਕ ਵਾਸਤੇ ਰੱਖਿਆ, ਆਪਾਂ ਕਿਸੇ ਤੇ ਨਿਰਭਰ ਹੋ ਕੇ ਪਰਿੰਦਾ ਨਹੀਂ ਪਾਲਦੇ ਵੀ, ਮਤਲਬ ਜੇ ਆਪਾਂ ਕਹੀਏ ਇਹਨਾਂ ਦੀ ਔਸਤ ਵੀ ਇਹ ਵੀ ਇਹਨਾਂ ਨੂੰ 250 ਗ੍ਰਾਮ, ਹਾਂ, ਇੱਕ ਦਿਨ ਦੀ ਖੁਰਾਕ ਇੱਕ ਪਰਿੰਦੇ ਦੀ 200 ਤੋਂ 250 ਗ੍ਰਾਮ ਤੱਕ ਦੀ ਖੁਰਾਕ ਹੈ ਜੀ। ਹਾਂ, ਸਮਝ ਗਿਆ ਜੀ, ਵੀ ਮਤਲਬ ਇੱਕ ਤਰ੍ਹਾਂ ਦਾ ਵੀ ਇਹ ਸ਼ੌਂਕ ਕਰਕੇ ਤੁਸੀਂ ਰੱਖਿਆ ਵੀ ਬਿਲਕੁਲ, ਕੋਈ ਤੇ ਹਰ ਰੋਜ਼ ਇਹਨੂੰ ਇੱਕ ਮਾਸ ਨਹੀਂ ਦੇ ਸਕਦੇ, ਵੀ ਅਲੱਗ ਅਲੱਗ ਹਰ ਰੋਜ਼ ਇਹਨੂੰ ਬਦਲਵੀਂ ਡਾਈਟ ਹੀ ਦਿੰਨੇ ਆ। ਬਾਬਾ ਜੀ, ਇਹਨਾਂ ਨੂੰ ਹੁਣ ਤੁਸੀਂ ਕਿੰਨਾ ਚਿਰ ਰੱਖੋਗੇ? ਇਹ ਪਰਿੰਦਾ ਆਪਣੇ ਕੋਲ ਜਿਵੇਂ ਹੁਣ ਬੱਚੇ ਨੇ ਜੀ, ਜਦੋਂ ਇਹ ਆਪਣੇ ਕੋਲ ਆਏ ਸੀਗੇ, ਹਨਾ, ਕਿਸੇ ਸੱਜਣ ਤੋਂ, ਉਹਨਾਂ ਨੇ ਇਹ ਪਰਿੰਦੇ ਆਪਦੇ ਕੋਲ ਲੈ ਲਏ ਜਾਂ ਉਹਨਾਂ ਨੇ ਕਿਤੋਂ ਮੰਗਾ ਲਏ, ਕਿਉਂਕਿ ਪ੍ਰਜਾਤੀ ਰੱਖਣ ਦਾ ਹਰੇਕ ਨੂੰ ਸ਼ੌਂਕ ਹੁੰਦਾ ਪਰ ਸਾਹਮਣੇ ਬਹੁਤ ਔਖੇ ਨੇ, ਸੋ ਉਦੋਂ ਇਹ ਪਰਿੰਦੇ ਕਮਜ਼ੋਰ ਵੀ ਸੀ ਤਾਂ ਉੱਡਿਆ ਵੀ ਨਹੀਂ ਸੀ ਜਾਂਦਾ, ਤੇ ਹੁਣ ਇਹ ਵਧੀਆ ਆਪਦੇ ਹੈਲਥਫੁੱਲ ਹੋ ਗਏ, ਹਨਾ, ਵਧੀਆ ਤਕੜੇ ਹੋ ਗਏ, ਉੱਡਦੇ ਵੀ ਨੇ, ਸ਼ਿਕਾਰ ਵੀ ਮਾਰਨ ਲੱਗੇ, ਜਿਹਦੇ ਪ੍ਰੋਪਰ ਸ਼ਿਕਾਰੀ ਹੋ ਗਿਆ ਆਪਦਾ ਇਹ ਸ਼ਿਕਾਰ ਮਾਰਨ ਲੱਗੇ, ਆਪਾਂ ਇਹਨਾਂ ਨੂੰ ਰਿਲੀਜ਼ ਕਰ ਦਾਂਗੇ, ਅਡਲਟ ਹੋ ਜਾਣਗੇ, ਇਹ ਆਪਦੀ ਬਰੀਡ ਕਰਨਗੇ ਤੇ ਆਪਦਾ ਆਨੰਦ ਲੈਣਗੇ। ਠੀਕ ਹੈ, ਫਿਰ ਇਹ ਤੋਂ ਬਾਅਦ ਤੁਸੀਂ ਹੋਰ ਉਹ ਕਰੋਗੇ? ਹਾਂ, ਉਹ ਕੁਦਰਤ ਦਾ ਦੇਖੋ ਜੀ, ਜੇ ਕੋਈ ਸਮੇਂ ਨਾਲ ਪਰਿੰਦਾ ਮਿਲ ਗਿਆ ਤਾਂ ਆਪਾਂ ਹੋਰ ਲਿਆਵਾਂਗੇ ਉਸ ਤੋਂ ਬਾਅਦ। ਤੁਹਾਨੂੰ ਤਾਂ ਐਵੇਂ ਆ ਵੀ ਮਤਲਬ ਜਿਹੜੀ ਪ੍ਰਜਾਤੀ ਖਤਮ ਹੋ ਜਾਂਦੀ ਹੈ, ਆਪਾਂ ਕੋਈ ਵੀ ਪਰਿੰਦਾ ਇਹ ਨਹੀਂ ਹੈਗਾ ਜੀ ਵੀ ਉਹਨੂੰ ਲਿਆਉਣੇ, ਆਪਾਂ ਰੱਖ ਲੈਂਦੇ ਆ ਜਾਂ ਹਨਾ ਮਰ ਜਾਂਦਾ ਜਾਂ ਇੱਦੀ ਰਹਿ ਜਾਂਦਾ, ਆਪਾਂ ਉਹਨੂੰ ਅਡਲਟ ਹੁੰਦਾ ਉਹਨੂੰ ਜੰਗਲੀ ਪਰਿੰਦਾ ਉਹਨੂੰ ਦੁਬਾਰੇ ਫਿਰ ਜੰਗਲ ਦੇ ਵਿੱਚ ਛੱਡ ਦਿੰਦੇ ਆ ਕਿ ਉਹ ਜਾਵੇ ਤੇ ਆਪਦੀ ਪ੍ਰਜਾਤੀ ਦਾ ਵਾਧਾ ਕਰੇ। ਠੀਕ ਹੈ ਜੀ, ਬਾਬਾ ਜੀ ਵੈਸੇ ਵੀ ਇਹਨਾਂ ਦਾ ਜੇ ਆਪਾਂ ਹਿਸਾਬ ਲਾਈਏ ਵੀ ਇਹਨਾਂ ਨੂੰ ਕਹਿੰਦੇ ਇਹਨਾਂ ਦਾ ਇਨਸਾਨਾਂ ਤੋਂ ਵੀ ਵੱਧ ਦਿਮਾਗ ਹੁੰਦਾ ਹੈ, ਹਾਂ ਇਹ ਗੱਲ ਸਹੀ ਹੈ ਜੀ? ਬਿਲਕੁਲ, ਇਹ ਦੇਖੋ ਫਰਤੀਲੇ ਜਾਨਵਰ ਨੇ, ਹਾਂ ਜੀ, ਹਨਾ, ਬਾਜ਼ ਦੇ ਗੁਣ ਨੇਗੇ, ਕਿਉਂਕਿ ਬਾਜ਼ ਫਰਤੀਲਾ, ਸਾਰੀ ਉਮਰ ਇਹ ਸੁਸਤ ਨਹੀਂ ਹੁੰਦਾ ਹੈਗਾ, ਜਿੰਨਾ ਟਾਈਮ ਇਹ ਜਿਉਂਦਾ, ਆਤਮ ਨਿਰਭਰ ਹੁੰਦਾ ਹੈ, ਕਿਸੇ ਦੇ ਉੱਤੇ ਨਿਰਭਰ ਨਹੀਂ ਹੁੰਦਾ ਹੈਗਾ, ਕਿਸੇ ਦਾ ਮਰਿਆ ਮਾਸ ਨਹੀਂ ਖਾਂਦਾ, ਆਪਦਾ ਸ਼ਿਕਾਰ ਸਾਰੀ ਉਮਰ ਮਾਰ ਕੇ ਖਾਊਗਾ, ਉਹੀ ਗੱਲ ਹੈ ਵੀ ਜਿਵੇਂ ਗੁਰੂ ਸਾਹਿਬ ਲਵੇ, ਹਾਂ, ਰਹਿਣ ਕਰਕੇ ਬਿਲਕੁਲ ਦਿਮਾਗ ਤਾਂ ਹੋਣਾ ਹੀ ਹੋਣਾ ਵੱਧ ਹੀ। ਦੇਖੋ ਜੇ ਇੰਨਾ ਇਹ ਪਰਿੰਦਾ ਇੰਨਾ ਸ਼ਾਤਰ ਦਿਮਾਗ ਪਰਿੰਦਾ, ਤਾਂ ਹੀ ਗੁਰੂ ਸਾਹਿਬ ਨੇ ਜਿਹਦੇ 'ਚ ਗੁਣ ਸੀਗੇ ਤਾਂ ਹੀ ਇਹਨੂੰ ਆਪਦੇ ਹੱਥ ਦੇ ਉੱਤੇ ਜਗ੍ਹਾ ਦਿੱਤੀ, ਹੈ ਨਾ, ਇਹੀ ਚੱਕਰ ਹੈ ਜੀ। ਚਲੋ, ਬਿਲਕੁਲ।